ਸਰਪੰਚ ਦੇ ਭਰਾ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ। ਪੁਲਿਸ ਕਰ ਰਹੀ ਹੈ ਜਾਂਚ। ਮ੍ਰਿਤਕ ਦੋ ਬੱਚਿਆਂ ਦਾ ਸੀ ਪਿਤਾ। ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕਰਨਾਮਾ ਦੇ ਰਹਿਣ ਵਾਲੇ 50 ਸਾਲਾ ਬਲਬੀਰ ਸਿੰਘ ਨੂੰ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਬਲਬੀਰ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਅੱਡਾ ਪੰਚ ਕਰਾਈਆਂ ਵਿਖੇ ਬਿਜਲੀ ਦੇ ਸਮਾਨ ਦੀ ਦੁਕਾਨ ਕਰਦਾ ਸੀ। ਮ੍ਰਿਤਕ ਬਲਬੀਰ ਸਿੰਘ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਦਾ ਛੋਟਾ ਭਰਾ ਦੱਸਿਆ ਜਾ ਰਿਹਾ। ਦੇਰ ਰਾਤ ਜਦੋਂ ਆਪਣੀ ਦੁਕਾਨ ਤੋਂ ਆਪਣੀ ਗੱਡੀ ਵਿੱਚ ਵਾਪਸ ਪਿੰਡ ਕਰਨਾਮਾ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਰਸੂਲਪੁਰ ਨਜ਼ਦੀਕ ਅਣਪਛਾਤੇ ਵਿਅਕਤੀਆਂ ਵੱਲੋਂ ਬਲਬੀਰ ਸਿੰਘ ਦੀ ਗੱਡੀ ਦੇ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਬਲਬੀਰ ਸਿੰਘ ਸਰਪੰਚ ਦੇ ਭਰਾ ਦਾ ਕਹਿਣਾ ਸੀ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਸੀ। ਇਸ ਸੰਬੰਧੀ ਪੁਲਿਸ ਦੇ ਮੁਤਾਬਕ 5 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਤੇ ਬਾਕੀ ਛਾਨਬੀਨ ਕਰਦੇ ਹੋਏ ਪੁਲਿਸ ਵੱਲੋਂ ਅਗਲੇ ਤਰੀਕ ਨੂੰ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਗੁਰਮੀਤ ਸਿੰਘ ਕਰਨਾਮੇ ਦਾ ਸਰਪੰਚ ਮੌਕੇ ਤੇ ਗੋਲੀਆਂ ਮਾਰੀਆਂ ਗਏ। ਇਹ ਰਸੂਲਪੁਰ ਪਿੰਡ ਪਿੰਡਾਂ ਚ ਕੇਰੀ ਗੁਰਦੁਆਰਾ ਲਾਗੇ। ਇਹ ਪਤਾ ਨੀ ਰਾਤ ਕਿੰਨੇ ਵਜੇ ਵੱਜਿਆ, ਸਾਨੂੰ ਨੀ ਕੋਈ ਪਤਾ। ਸਾਡੇ ਘਰੋਂ ਨਿਕਲਿਆ ਕਿਤੇ 9 ਵਜੇ ਨਾ। ਹਾਂਜੀ, ਵਿਆਹੇ ਦੋ ਬੇਟਾ ਇੱਕ ਬੇਟੀ ਆ। ਦੇ ਕੋਈ ਰੰਜਿਸ਼ ਨਹੀਂ ਇਹਦੀ। ਹਾਂਜੀ ਹਾਂਜੀ ਪਹੁੰਚੀ ਹੈ ਜੀ। ਕੀ ਕਹਿੰਦੀ ਪੁਲਿਸ? ਹਾਲੇ ਆਪਣੀ ਛਾਣਬੀਨ ਕਰ ਰਹੇ। ਤੁਹਾਨੂੰ ਸ਼ੱਕ ਨਹੀਂ? ਨਹੀਂ, ਕੋਈ ਸ਼ੱਕ ਨਹੀਂ ਕਿਤੇ। ਬਲਬੀਰ ਸਿੰਘ ਆਇਆ 5 ਗਰਾਈਆਂ ਦਾ, ਪਿੱਛੋਂ ਪਿੰਡ ਦਾ ਕਰਨਾਮੇ ਦਾ। 5 ਗਰਾਈਆਂ ਅੱਡੇ 'ਤੇ ਇਹਦੀ ਇਲੈਕਟ੍ਰੀਸ਼ਨ ਦੀ ਦੁਕਾਨ ਹੈ। ਰਾਤੀ ਕਰੀਬ 9:20 ਦੇ ਕਰੀਬ ਉੱਥੋਂ ਤੁਰਿਆ ਅਤੇ ਇੱਥੇ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਆ ਉਹ ਘੰਟਾ ਕੁ ਪਹਿਲੇ ਕਿ ਇੱਕ ਡੈਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ, ਅਤੇ ਆ ਕੇ ਮੌਕੇ 'ਤੇ ਵੇਖਿਆ ਨਜ਼ਦੀਕ ਖੋਲ ਵੀ ਪਏ ਨੇ ਅਤੇ ਅਸੀਂ ਫੋਰੈਂਸਿਕਸ ਆਈ ਜਿਹੜੀ ਟੀਮ ਇੰਤਜ਼ਾਰ ਕਰਦੇ ਪਏ, ਬਾਕੀ ਡੋਗ ਸਕਵਾਡ ਅਤੇ ਬਾਕੀ ਦੂਸਰੇ ਕਰਦੇ ਪਏ, ਤਫਤੀਸ਼ ਕਰ ਰਹੇ ਜੀ। ਕਿੰਨੀਆਂ ਗੋਲੀਆਂ ਚੱਲੀਆਂ ਹੁਣ ਖੋਲ 'ਤੇ? ਇੱਥੇ 5 ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਾਹਰਲੇ ਪਾਸੇ। ਹਾਂਜੀ, ਨਹੀਂ ਕੋਈ ਰੰਜਿਸ਼ ਨਹੀਂ ਹੈਗੀ।